दरपंगे ओ दरपंगे क्या बात है। प्रीमियर देखना ही सब तो बहुत औखा होंगे, ये भी तुम्हें मैं दस दिना सब तो बहुत औखा काम भी यही है। तो यह मतलब सब तो यह कहते फाइनल एग्जाम होंगे थोड़ा है ना, ये फाइनल एग्जाम च आप बह के तुम पेपर देने हो तो जो निकल जाए तो थोनू सैटिस्फैक्शन भी सब तो ज्यादा होंगी है तो औखा भी सब तो वह यही होंगे। तरसेम भाई कला ही फिल्म कैरी करी फिर साड़ी इंडस्ट्री के लिए भी बहुत चंगा शगन है कि सानू इस तरह दी फिल्म जो मिलनगियां सानू तो डेफिनेटली असीं वड्डा सिनेमा देखांगे। मैं सोच के आया सीगा, मैनूं इह उम्मीद नहीं सी कि इन्नी कॉमेडी फिल्म होगी ते इन्ने इमोशन वाली होगी। For all the latest updates, please subscribe G Media Group and press the bell icon. ਮਾਦਾ ਲਾਡਲਾ ਬੜਾ ਹੀ ਖੱਪੀ ਮਾਦਾ ਲਾਡਲਾ ਜਾਂਦਾ ਨੱਪੀ ਇੱਧਰ ਪੰਗੇ ਉੱਧਰ ਪੰਗੇ ਕਿਆ ਬਾਤ ਹੈ। ਸੋ ਇਹ ਮਾਹੌਲ ਅੰਦਰ ਬਣਿਆ ਹੋਇਆ ਸੀਗਾ, ਇਹੀ ਮਾਹੌਲ ਬਾਹਰ ਹੈ। ਸੋ ਇਹ ਮਾਦੇ ਲਾਡਲੇ ਇੱਕ ਵਾਰੀ ਹੋ ਜਾਵੇ ਮਾਦਾ ਲਾਡਲਾ। ਕਿਵੇਂ ਤੇ ਤੁਹਾਨੂੰ ਕਿਵੇਂ ਦੀ ਲੱਗੀ ਆਪਣੀ ਫਿਲਮ? ਬਹੁਤ ਵਧੀਆ ਲੱਗੀ, ਬਹੁਤ ਵਧੀਆ ਲੱਗੀ ਕਿਉਂਕਿ ਅਸੀਂ ਅੱਜ ਪਹਿਲੀ ਵਾਰ ਇੱਥੇ ਦੇਖੀ ਸੀਗੀ ਤੇ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਤੇ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਵੀ ਇਹ ਬਹੁਤ ਵਧੀਆ ਲੱਗੂਗੀ। ਤੋ ਸਾਰੇ ਜਣਿਆਂ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ 16 ਸਤੰਬਰ ਨੂੰ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਜਾਓ ਤੇ ਇਹ ਫਿਲਮ ਦੇਖ ਕੇ ਆਓ। ਕੀ ਬਾਤ ਹੈ ਜੀ। ਸੋ ਸਪੈਸ਼ਲ ਸਕਰੀਨਿੰਗ ਦੀ ਐਕਸਾਈਟਮੈਂਟ ਅਸੀਂ ਇੱਕ ਵਾਰੀ ਸ਼ੋਅ ਕਰ ਦਿੱਤੀ ਪਰ ਇੱਕ ਜਿਹੜਾ ਪਿਆਰ ਹੁੰਦਾ ਨਾ ਤਰਸੀਮ ਜੀ ਉਹ ਤੁਹਾਡੀਆਂ ਅੱਖਾਂ 'ਚ ਹਮੇਸ਼ਾ ਝਲਕਦਾ ਹੈ। ਜਦੋਂ ਵੀ ਕੋਈ ਪ੍ਰੀਮੀਅਰ ਜਾਂ ਸਕਰੀਨਿੰਗ ਹੁੰਦੀ ਹੈ ਜਾਂ ਜਦੋਂ ਜਿਹੜਾ ਮੀਨਿੰਗ ਤੁਸੀਂ ਕੰਟੈਂਟ ਦੇਣਾ ਚਾਹੁੰਦੇ ਹੋ ਨਾ ਉਹ ਤੁਹਾਡੀਆਂ ਅੱਖਾਂ ਨਮ ਕਰਦਾ ਹੈ। ਬਿਲਕੁਲ ਜੀ, ਇਸ ਵਾਰ ਵੀ ਸੀਗੀਆਂ, ਮਤਲਬ ਇਸ ਵਾਰ ਡਿਫਰੈਂਟ ਸੀਗੀਆਂ ਹੈ ਨਾ, ਜਿਵੇਂ ਓਬਵੀਅਸਲੀ ਜਦੋਂ ਜਿਹੜਾ ਕਲਾਈਮੈਕਸ ਵਾਲੀਆਂ ਗੱਲਾਂ ਸੀ ਪਰ ਇਸ ਵਾਰ ਨਾਲ ਦੀ ਨਾਲ ਕਾਮੇਡੀ ਵੀ ਸੀਗੀ ਹੈ ਨਾ। ਉਹ ਚੀਜ਼ ਮੈਨੂੰ ਤਾਂ ਜਦੋਂ ਲੋਕ ਹੱਸਦੇ ਸੀ ਉਦੋਂ ਵੀ ਮਤਲਬ ਵਧੀਆ ਲੱਗਦਾ ਸੀਗਾ, ਜਦੋਂ ਸਾਰੇ ਜਿੱਥੇ ਤੁਸੀਂ ਹਸਾਉਣਾ ਚਾਹੁੰਦੇ ਹੋ ਉੱਥੇ ਹੱਸਦੇ ਆ ਹੈ ਨਾ, ਜਿਵੇਂ ਤੁਸੀਂ ਜੋ ਜੋ ਗੱਲਾਂ ਕਹਿਣੀਆਂ ਚਾਹੁੰਦੇ ਹੋ ਉਹ ਸਮਝ ਰਹੇ ਆ, ਉਹਨਾਂ ਦੇ ਮਤਲਬ ਉਹਨੂੰ ਉਹ ਰਿਸਪੌਂਸ ਦੇ ਰਹੇ ਆ ਹੈ ਨਾ, ਤਾਂ ਇਹੀ ਸਭ ਤੋਂ ਵੱਧ ਖੁਸ਼ੀ ਦੀ ਗੱਲ ਹੁੰਦੀ ਆ। ਅਤੇ ਪ੍ਰੀਮੀਅਰ ਦੇਖਣਾ ਹੀ ਸਭ ਤੋਂ ਵੱਧ ਔਖਾ ਹੁੰਦਾ, ਇਹ ਵੀ ਤੁਹਾਨੂੰ ਮੈਂ ਨਾਲ ਦੱਸ ਦਿੰਦਾ, ਸਭ ਤੋਂ ਵੱਧ ਔਖਾ ਕੰਮ ਵੀ ਇਹੀ ਆ। ਅਤੇ ਇਹ ਮਤਲਬ ਸਭ ਤੋਂ ਇਹ ਕਹਿੰਦੇ ਫਾਈਨਲ ਐਗਜ਼ਾਮ ਹੁੰਦਾ ਤੁਹਾਡਾ ਹੈ ਨਾ, ਇਹ ਤੁਸੀਂ ਫਾਈਨਲ ਐਗਜ਼ਾਮ 'ਚ ਆਪ ਬਹਿ ਕੇ ਤੁਸੀਂ ਪੇਪਰ ਦਿੰਦੇ ਹੋ ਅਤੇ ਜੇ ਨਿਕਲ ਜਾਵੇ ਤਾਂ ਤੁਹਾਨੂੰ ਸੈਟਿਸਫੈਕਸ਼ਨ ਵੀ ਸਭ ਤੋਂ ਜ਼ਿਆਦਾ ਹੁੰਦੀ ਆ ਅਤੇ ਔਖਾ ਵੀ ਸਭ ਤੋਂ ਵੱਧ ਇਹੀ ਹੁੰਦਾ। ਅਤੇ ਪਰ ਮੈਨੂੰ ਹੁਣ ਇਹ ਖੁਸ਼ੀ ਆ ਵੀ ਅਸੀਂ ਪੂਰੇ ਪੂਰੇ ਨੰਬਰਾਂ 'ਤੇ ਐਨ ਜਿੱਤ ਗਏ ਹਾਂ ਜੀ। ਪਰ ਐਗਜ਼ਾਮ ਦੀ ਗੱਲ ਕਰੀਏ ਨਾ ਤਾਂ ਟੈਸਟ ਦਾ ਰਿਜ਼ਲਟ ਇੱਥੇ ਵੀ ਦਿਖਦਾ ਹੈ ਬੱਚਿਆਂ ਦੇ ਨਾਲ ਦੇਖੀ ਹੋਈ ਫਿਲਮ। ਸੋ ਤੁਹਾਡਾ ਕੀ ਕਹਿਣਾ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਹਮੇਸ਼ਾ ਵਿਹਲੀ ਜਨਤਾ ਫਿਲਮਸ ਵੱਲੋਂ ਤਰਸੇਮ ਭਾਜੀ ਵੱਲੋਂ ਦਿੱਤੀਆਂ ਜਾਂਦੀਆਂ ਕਿ ਜਿਨ੍ਹਾਂ ਨੂੰ ਤੁਸੀਂ ਬੱਚਿਆਂ ਨਾਲ ਬੈਠ ਕੇ ਦੇਖ ਸਕਦੇ ਹੋ, ਈਵਨ ਬੱਚੇ ਦਾ ਕਿਰਦਾਰ ਬਹੁਤ ਸੋਹਣਾ ਸੀ। ਅੱਛਾ, ਇਹਦੇ 'ਚ ਨਾ ਇੱਕ ਚੀਜ਼ ਤਰਸੇਮ ਬਾਈ ਨੂੰ ਮੁਬਾਰਕਬਾਦ ਦੇਣੀ ਬਣਦੀ ਹੈ ਕਿ ਜਿੱਥੇ ਅਸੀਂ ਕਈ ਵਾਰੀ ਮਜਬੂਰੀ ਬਸ ਹਸਾਉਣਾ ਪੈਂਦਾ ਕਈ ਵਾਰੀ ਡਾਇਰੈਕਟਰ ਨੂੰ, ਕਈ ਵਾਰੀ ਉਹ ਪੰਚ ਇਦਾਂ ਦੇ ਦਿੱਤੇ ਜਾਂਦੇ ਕਿ ਯਾਰ ਇੱਥੇ ਅਸੀਂ ਹਸਾਉਣਾ ਚਾਹੁੰਦੇ ਹਾਂ ਤਾਂ ਉਹਦੇ ਪਿੱਛੇ ਮਿਊਜ਼ਿਕ ਦਿੱਤਾ ਜਾਂਦਾ। ਬਟ ਇਸ ਫਿਲਮ ਦੇ ਵਿੱਚ ਤੁਸੀਂ ਦੇਖੋਗੇ ਆਪ ਮੁਹਾਰੇ ਤੁਹਾਡੀਆਂ ਅੱਖਾਂ 'ਚੋਂ ਜਿਹੜਾ ਹੰਝੂ ਵੀ ਆਉਂਦੇ ਆ, ਹਾਸੇ ਵਾਲੇ ਵੀ, ਪਿਆਰ ਵਾਲੇ ਵੀ, ਇਮੋਸ਼ਨਸ ਵਾਲੇ ਵੀ, ਔਰ ਜਿਹੜੀ ਸਭ ਤੋਂ ਵੱਡੀ ਜਿਹੜੀ ਇਸ ਫਿਲਮ ਦੀ ਮੈਂ ਇੱਕ ਜਿਹੜਾ ਬਟ ਸਟਰੋਂਗੈਸਟ ਐਲੀਮੈਂਟ ਜਿਹੜਾ ਆ ਜਾਂ ਯੂ ਐਸ ਪੀ ਜਿਹੜੀ ਇਸ ਫਿਲਮ ਦੀ ਹੈ, ਤਰਸੇਮ ਬਾਈ ਕੱਲਾ ਹੀ ਫਿਲਮ ਨੂੰ ਕੈਰੀ ਕਰੀ ਫਿਰਦਾ। ਬੇਸ਼ੱਕ ਬਹੁਤ ਵੱਡੇ ਵੱਡੇ ਤਨੰਤਰ ਇਸ ਫਿਲਮ ਦੇ ਵਿੱਚ, ਆਪਾਂ ਪਾਕਿਸਤਾਨੀ ਜਿਹੜੇ ਥੀਏਟਰ ਨਾਲ ਜੁੜੇ ਹੋਏ ਆਰਟਿਸਟ ਨੇ ਉਹਨਾਂ ਦੀ ਆਪਾਂ ਇਸ ਫਿਲਮ ਦੇ ਵਿੱਚ ਉਹਨਾਂ ਦੀ ਪ੍ਰੈਜੈਂਸ ਨੂੰ ਇਗਨੋਰ ਨਹੀਂ ਕਰ ਸਕਦੇ, ਪਰ ਜਿਸ ਤਰੀਕੇ ਦੇ ਨਾਲ ਬਾਈ ਦੀ ਕਾਮੇਡੀ ਔਰ ਇੱਕ ਵੱਖਰਾ ਸ਼ੇਪ ਵੱਖਰਾ ਸ਼ੇਡ ਜਿਹੜਾ ਅੱਜ ਤੱਕ ਜਿੰਨੀਆਂ ਵੀ ਤਰਸੇਮ ਬਾਈ ਮੈਨੂੰ ਲੱਗਦਾ ਤੁਹਾਡੀਆਂ ਫਿਲਮਸ ਆਈਆਂ ਨੇ ਉਹਦੇ ਵਿੱਚ ਇਹ ਰੰਗ ਕਿਤੇ ਨਹੀਂ ਦਿਖਿਆ ਹੋਣਾ, ਔਰ ਇਹ ਸੁਣਨ ਵਾਲਿਆਂ ਨੂੰ ਜਾਂ ਜਿਹੜੇ ਅੱਗੇ ਕਈ ਵਾਰੀ ਆਪਾਂ ਮਜ਼ਾਕ 'ਚ ਹੱਸਦੇ ਹੁੰਦੇ ਕਹਿੰਦੇ ਹੋਣੇ ਯਾਰ ਵੀ ਬੜੇ ਅੜਬ ਜਿਹਾ ਸੁਭਾਅ ਦਾ ਬੰਦਾ, ਉਹ ਮੈਂ ਤਾਂ ਟੁੱਟ ਜਾਣੀ ਹੈ ਇਸ ਫਿਲਮ ਦੇ ਵਿੱਚ। ਸੋ ਇੱਕ ਵਾਰੀ ਫਿਰ ਵਿਹਲੀ ਜਨਤਾ ਦੀ ਪੂਰੀ ਟੀਮ ਜਿਹੜੀ ਆ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ, ਓਮ ਜੀ ਸਟਾਰ ਦੀ ਪੂਰੀ ਟੀਮ, ਪ੍ਰਬੋਧ ਬਾਈ ਹੋਰੀ, ਹਰਪ੍ਰੀਤ ਬਾਈ ਹੋਰੀ, ਇੰਦਰੋ ਹੈਪੀ, ਪੁਸ਼ਪਿੰਦਰ ਬਾਈ ਹੋਰਾਂ ਦੀ ਗੱਲ ਕਰੀਏ, ਕੁਰਮਨ ਹੋਰਾਂ ਦੀ, ਹਰਜਿੰਦਰ ਬਾਈ ਹੋਰਾਂ ਦੀ, ਸਾਰਿਆਂ ਨੇ ਜਿੰਨੀ ਮਿਹਨਤ ਇੱਥੇ ਗਰਾਊਂਡ ਲੈਵਲ 'ਤੇ ਵੀ ਕੀਤੀ ਹੈ, ਮੈਂ ਤਾਂ ਸੇਮ ਬਾਈ ਨਾਲ ਵੀ ਗੱਲ ਕਰਦਾ ਸੀ ਵੀ ਦੇਖੋ ਇੱਕ ਫਿਲਮ ਨੂੰ ਲੈ ਕੇ ਆਉਣਾ ਜਾਂ ਉਹਨੂੰ ਕੈਰੀ ਕਰਨਾ ਸ਼ਾਇਦ ਓਨਾ ਵੱਡਾ ਕੰਮ ਨਹੀਂ ਹੈ ਜਿੰਨਾ ਵੱਡਾ ਕੰਮ ਹੈ ਅੱਗੇ ਉਹਦੀ ਟੀਮ ਪਲੇਸ ਕਰਨੀ, ਅਤੇ ਉਹ ਟੀਮ ਫਿਰ ਤੁਹਾਡੇ ਲਈ ਤੁਹਾਡੇ ਬਿਹਾਫ ਦੇ ਉੱਪਰ ਗੱਲ ਕਰੇ, ਕੰਮ ਕਰੇ, ਉਹ ਬਹੁਤ ਬਹੁਤ ਵੱਡੀ ਇੱਕ ਚੀਜ਼ ਹੁੰਦੀ ਹੈ। ਔਰ ਇਸ ਗੱਲ ਦੇ ਲਈ ਤੁਹਾਨੂੰ ਇੱਕ ਵਾਰ ਫਿਰ ਬਹੁਤ ਬਹੁਤ ਸ਼ੁਭਕਾਮਨਾਵਾਂ, ਔਰ ਉਮੀਦ ਕਰਦੇ ਹਾਂ। ਦੇਖੋ ਸਾਡਾ ਮਕਸਦ ਇਹ ਹੁੰਦਾ ਕਿ ਅਸੀਂ ਜਦੋਂ ਪ੍ਰਮੋਟ ਕਰਦੇ ਹਾਂ ਕਿਸੇ ਫਿਲਮ ਨੂੰ ਤਾਂ ਅਸੀਂ ਉਹਦੇ ਵਿੱਚ ਜਿਹੜੀਆਂ ਚੰਗੀਆਂ ਚੀਜ਼ਾਂ ਉਹ ਤਾਂ ਰੱਖਣੀਆਂ ਹੀ ਰੱਖਣੀਆਂ ਮੋਰੇ, ਪਰ ਜਦੋਂ ਜਿਹੜੇ ਸਾਡੇ ਪਰਿਵਾਰ ਦੇਖ ਕੇ ਵਰਡ ਆਫ ਮਾਊਥ ਜਿਹੜੀ ਪਬਲਿਸਿਟੀ ਹੋਣੀ ਹੈ ਉਹਦਾ ਕੋਈ ਮੁੱਲ ਨਹੀਂ ਹੈ। ਉਹ ਜਿੰਨੀ ਮਰਜ਼ੀ ਅਸੀਂ ਹੋਲਡਿੰਗਸ ਲਾ ਲਈਏ, ਜਿੰਨੇ ਮਰਜ਼ੀ ਰੇਡੀਓ ਐਡਵਰਟੀਜ਼ਮੈਂਟ ਕਰ ਲਈਏ, ਟੀ ਵੀ ਐਡਵਰਟੀਜ਼ਮੈਂਟ ਕਰ ਲਈਏ, ਉਹਦੇ ਨਾਲ ਉਸ ਜਿਹੜੀ ਵੱਡੀ ਮੁੱਲ ਮੁੜਨ ਵਾਲੀ ਗੱਲ ਹੈ ਉਹ ਲੋਕਾਂ ਨੇ ਜਦੋਂ ਆਪ ਕਹਿਣਾ ਕਿ ਯਾਰ ਫਿਲਮ ਦੇਖ ਕੇ ਆਈਏ ਤੇ ਆ ਜੋ ਪਰਿਵਾਰ ਦੇ ਨਾਲ ਦੇਖ ਕੇ ਆਈਏ। ਸੋ ਇਸ ਤਰ੍ਹਾਂ ਦੀ ਫਿਲਮ ਹੈ। ਸੋ ਇੱਕ ਵਾਰ ਫਿਰ ਸਾਡੀ ਇੰਡਸਟਰੀ ਦੇ ਲਈ ਵੀ ਇਹ ਬਹੁਤ ਚੰਗਾ ਸ਼ਗਨ ਹੈ ਕਿ ਸਾਨੂੰ ਇਸ ਤਰ੍ਹਾਂ ਦੀਆਂ ਫਿਲਮਸ ਜਦੋਂ ਮਿਲਣਗੀਆਂ ਸਾਨੂੰ ਤਾਂ ਡੈਫੀਨਿਟਲੀ ਅਸੀਂ ਵੱਡਾ ਸਿਨੇਮਾ ਦੇਖਾਂਗੇ। ਸੋ ਇੱਕ ਵਾਰ ਫਿਰ ਮੁਬਾਰਕਬਾਦ। ਥੈਂਕ ਯੂ ਬਾਈ ਜੀ। ਤੇ ਇਧਰ ਵਾਲੇ ਮਾਡਲੇ ਲਾਡਲਿਆਂ ਦਾ ਰਹਿ ਗਿਆ ਮਾਂ ਦਾ ਲਾਡਲਾ।
ਹੈਪੀ ਬਾਈ ਨੂੰ ਵੀ ਬਾਈਟ ਤਾਂ ਚਾਹੀਦਾ ਹਾਂਜੀ ਨਹੀਂ ਨਹੀਂ 100% ਦੇਖੋ ਮੈਂ ਸੋਚ ਕੇ ਆਇਆ ਸੀਗਾ ਮੈਨੂੰ ਇਹ ਉਮੀਦ ਨਹੀਂ ਸੀ ਕਿ ਇੰਨੀ ਕਾਮੇਡੀ ਫਿਲਮ ਹੋਊਗੀ ਤੇ ਇੰਨੇ ਇਮੋਸ਼ਨ ਵਾਲੀ ਹੋਊਗੀ ਠੀਕ ਹੈ ਜੀ ਸੋ ਮੈਂ ਸੋਚ ਕੇ ਆਇਆ ਸੀ ਜਿੱਦਾਂ ਬਾਈ ਦਾ ਸਟਾਈਲ ਆ ਵੀ ਠੀਕ ਠਾਕ ਕਾਮੇਡੀ ਹੋਊਗੀ ਸਿਚੁਏਸ਼ਨ ਹੋਊਗੀ ਠੀਕ ਆ ਬਟ ਜੋ ਮੈਂ ਸੋਚ ਕੇ ਆਇਆ ਸੀ ਉਹਦੇ ਨਾਲੋਂ ਬਹੁਤ ਜ਼ਿਆਦਾ ਵਧੀਆ ਫਿਲਮ ਆ ਤੇ ਕੰਪਲੀਟ ਫਿਲਮ ਕਹਿ ਸਕਦਾ ਮੈਂ ਤਾਂ ਇਹਨੂੰ ਇੱਕ ਬਹੁਤ ਡਿਫਰੈਂਟ ਕਨਸੈਪਟ ਆ ਬਹੁਤ ਡਿਫਰੈਂਟ ਦੇਖਣੀ ਚਾਹੀਦੀ ਹਰੇਕ ਬੰਦੇ ਨੂੰ ਸੋ ਵਧੀਆ ਫਿਲਮ ਆ ਵੈਰੀ ਗੁੱਡ ਤੁਹਾਡੀ ਸਾਰਿਆਂ ਦੀ ਐਕਸਾਈਟਮੈਂਟ ਇਸੇ ਤਰੀਕੇ ਦੇ ਨਾਲ ਬਣੀ ਰਹੇ ਉਮੀਦ ਕਰਦੇ ਹਾਂ ਕਿ ਤੁਸੀਂ 16 ਸਪਟੈਂਬਰ ਨੂੰ ਇਹ ਫਿਲਮ ਸਿਨੇਮਾ ਘਰਾਂ 'ਚ ਜਾ ਕੇ ਜ਼ਰੂਰ ਦੇਖੋ ਸੋ ਜਿਸ ਤਰ੍ਹਾਂ ਦਾ ਰੰਗ ਬਿਰੰਗਾ ਮਾਹੌਲ ਹੈ ਉਸ ਤਰ੍ਹਾਂ ਦਾ ਹੀ ਰੰਗ ਬਿਰੰਗਾ ਪੋਸਟਰ ਹੈ ਸੋ ਤੁਸੀਂ ਜ਼ਰੂਰ ਦੇਖਿਓ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਮਾਂ ਦਾ ਲਾਡਲਾ ਸਤਿ ਸ਼੍ਰੀ ਅਕਾਲ ਫਾਰ ਆਲ ਦੀ ਲੇਟੈਸਟ ਅਪਡੇਟਸ ਪਲੀਜ਼ ਸਬਸਕ੍ਰਾਈਬ ਜੀ ਮੀਡੀਆ ਗਰੁੱਪ ਐਂਡ ਪ੍ਰੈਸ ਦੀ ਬੈਲ ਆਈਕਨ